सरकार की हिदायत अनुसार जिला होशियारपुर में एक पैलेस मालिक को पंजाब सरकार की हिदायतों का पालना करना महंगा पड़ गया, जब मालिक ने सरकारी समय का हवाला देकर एक समारोह दौरान डीजे बंद कर दिया, जिसके बाद बारातियों ने पैलेस मालिक के घर में घुसकर उसकी जबरदस्त पिटाई कर डाली। पैलेस मालिक इस वक्त अस्पताल में जेरे इलाज है, जिसकी हालत गंभीर बनी हुई है। हालांकि पूरी घटना मौके पर मौजूद सीसीटीवी कैमरे में कैद हो गई है। आप देख सकते हैं किस तरीके से 40 से 50 बारातियों ने घर में घुस हंगामा किया और पैलेस मालिक को बुरी तरह घायल कर दिया। होशियारपुर से प्रवीण सोहल की रिपोर्ट।
460। ओके, किस मंथ करनी है पकड़ लो। आज मैंने हूं मैं 10 बज के 20 मिनट भी कितना मैं तैयारी करके आया हूँ ਸਤਾਈ 28 ਦਿਨ ਮੈਨੀ ਰਾਤ ਨੂੰ ਕਰਨ ਵਿਕਰਮ ਪੈਲਸ ਦੇ ਵਿੱਚ ਜਿਹੜਾ ਉਹ ਝਗੜਾ ਹੋ ਗਿਆ ਸੀਗਾ ਡੀਜੇ ਨੂੰ ਬੰਦ ਕਰਨ ਦੇ ਸੰਬੰਧ 'ਚ, ਜਿਹੜੇ ਉਹਦੇ ਮਾਲਕ ਦੇ ਵੀ ਸੱਟਾਂ ਮਾਰਤੀਆਂ ਸੀ ਉਹ ਅਮਨ ਹੋਸਪਿਟਲ ਐਡਮਿਟ ਹੈਗਾ, ਜਿਹਦੀ ਅਸੀਂ ਕੱਲ੍ਹ ਜਸਟਰਡੇ ਬਿਆਨ ਲੈਣ ਲਈ ਗਏ ਸੀਗੇ ਹਟਾਈ ਸਹੀ, ਪਰ ਉਹ ਬਿਆਨ ਨਹੀਂ ਹੋ ਸਕੇ ਕਿਉਂਕਿ ਡਾਕਟਰ ਨੇ ਉਹਨੂੰ ਅਨਫਿਟ ਦੱਸਿਆ ਸੀਗਾ। ਅੱਜ ਅਸੀਂ ਦੁਬਾਰਾ ਏਸ ਆਈ ਨੂੰ ਭੇਜਿਆ ਵਾ, ਜਿਹੜੀ ਵੀ ਸਟੇਟਮੈਂਟ ਆਏਗੀ ਉੱਤੇ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਰ, ਇਸ ਇੰਸੀਡੈਂਟ ਵਿੱਚ ਪਰਿਵਾਰਿਕ ਮੈਂਬਰ ਦਾ ਕਹਿਣਾ ਵੀ ਇੱਕ ASI ਰਵਿੰਦਰ ਸਿੰਘ ਆ ਜਿਹੜੀ ਮੁੱਖ ਭੂਮਿਕਾ ਨਿਭਾਈ ਰਹੀ ਹੈ। ਜੋ ਕੋਈ ਵੀ ਬੰਦਾ ਹੋਵੇ, ਚਾਹੇ ਉਹ ASI ਆ ਚਾਹੇ ਉਹ ਕੋਈ ਆਦਮੀ ਵੀ ਹੈਗਾ, ਅਤੇ ਜੇਕਰ ਉਹਦਾ ਕੋਈ ਰੋਲ ਹੋਇਆ ਇਸ ਕੰਮ ਦੇ ਵਿੱਚ, ਕਿਉਂਕਿ ਉੱਥੇ ਕੋਲ ਆਪਣਾ ਵੀਡੀਓ ਕਲਿੱਪ ਮਿਲ ਜਾਏਗਾ ਔਰ ਅਸੀਂ ਉਹਦੀ ਵੀ ਜਿਹੜੀ ਉਹ ਭਾਲ ਕਰ ਰਹੇ ਹਾਂ, ਅਤੇ ਫਿਰ ਅਸੀਂ ਉਹਦੇ ਖਿਲਾਫ਼ ਵੀ ਕਾਰਵਾਈ ਕਰਾਂਗੇ ਚਾਹੇ ਉਹ ASI ਹੋਵੇ ਚਾਹੇ ਕੋਈ ਕੋਈ ਵੀ ਆਦਮੀ ਹੋਵੇ। ਸਰਕਾਰ ਵੱਲੋਂ ਇੱਕ ਇੰਸਟਰਕਸ਼ਨ ਜਾਰੀ ਕੀਤੀ ਹੈ ਕਿ DJ ਦਾ ਟਾਈਮ ਲਿਮਿਟ 10 ਵਜੇ ਦਾ ਹੈ, ਲੇਕਿਨ 11:30 11:12 ਵਜੇ ਤੱਕ ਤੁਹਾਨੂੰ ਲੱਗਦਾ ਨਹੀਂ ਵੀ ਕਿ ਇੱਕ ਅਫੈਂਸ ਹੈਗਾ ਹੈ? ਹਾਂ ਬਿਲਕੁਲ ਬਿਲਕੁਲ, ਜੇ ਮਤਲਬ ਨਿਰਧਾਰਿਤ ਟਾਈਮ ਤੋਂ ਬਾਅਦ ਤੱਕ ਗਿਆ ਫਿਰ ਉਹ ਜਿਹੜੀ ਆ ਵਾਇਲੇਸ਼ਨ ਹੋਈ ਜਿਹੜੀ ਹੈਗੀ ਆ ਉਹਦੇ ਖਿਲਾਫ਼ ਜਿਹੜੀ ਕਾਰਵਾਈ ਜ਼ਰੂਰ ਹੋਏਗੀ। ਸਰ ਮੈਂ ਨਿਕਲ ਮੜਿਆ ਉਹ ਸਰ ਗੌਰਮੈਂਟ ਇੰਸਟਰਕਸ਼ਨ ਦੇ ਹਿਸਾਬ ਦੇ ਨਾਲ 10 ਵਜੇ ਦਾ ਟਾਈਮ ਹੈ DJ ਬੰਦ ਕਰਾਉਣ ਦਾ। ਅਸੀਂ ਮੇਰਾ ਮੁੰਡਾ DJ ਬੰਦ ਕਰਾਉਣ ਤੋਂ ਰਿਕੁਐਸਟ ਕਰਕੇ ਆਇਆ ਤਾਂ ਉਹ ਮੰਨੇ ਨਹੀਂ ਸਰ, ਤਾਂ ਉਹ ਤੋਂ ਬਾਅਦ ਸਰ ਫਿਰ ਮੁੜ ਕੇ 10:30 ਵਜੇ ਗਿਆ, ਫਿਰ ਵੀ ਫਿਰ 12 ਵਜੇ ਤੱਕ ਸਰ ਚਲਾਏ ਗਏ, ਉਹ ਮੰਨੇ ਨਹੀਂ, ਕੋਈ ਵੀ ਉਹਨੂੰ 'ਚ ਮੰਨੇ ਨਹੀਂ, ਬਿਲਕੁਲ ਨਹੀਂ ਮੰਨੇ ਉਹ। ਫਿਰ ਉਹਨਾਂ ਨੇ ਹੱਥ ਜੋੜ ਕੇ ਆਇਆ ਤਾਂ ਉਹ ਬਗੈਰ ਘਰ ਪਹੁੰਚ ਗਿਆ ਜੀ, ਘਰ ਜਾ ਕੇ ਉਹਨਾਂ ਨੇ ਸਰ ਤੋੜ ਭੰਨ ਕੀਤੀ, ਉਹ ਸਿਰ ਦੇ ਵਿੱਚ ਗਮਲੇ ਮਾਰੇ ਸਰ, ਗਮਲੇ ਮਾਰੇ ਸਿਰ ਬਹੁਤ ਪੜ ਗਏ, 26 ਟਾਂਕੇ ਲੱਗੇ ਸਰ, ਤਾਂ ਬਾਕੀ ਆਪਣੇ ਇੱਧਰ ਦੀ ਹੱਡੀ ਟੁੱਟ ਗਈ ਹੈ ਸਾਈਡ ਦੀ। ਉਹ ਸਰ ਇੱਕ ਮੁੰਡੇ ਦਾ ਭਰਾ ਵਗੈਰਾ ਸੀ, ਮੁੰਡੇ ਦੇ ਮੁੰਡਾ ਦੁੱਲਾ ਦੇ ਉਹ ਦੁੱਲਾ ਸੀ, ਬਾਕੀ ਉਹਨਾਂ ਦਾ ਇੱਕ ਜੀਜਾ ਸੀ ਜਿਹੜਾ ਮੇਨ ਸੀਗਾ ਜੀ, ਬਾਕੀ 3-4 ਹੋਰ ਉਹਨਾਂ ਦੇ ਯਾਰ ਸੀ ਮੁੰਡੇ ਦੋਸਤ, ਉਹ ਸਾਰੇ ਨਾਮ ਉਹਨਾਂ ਨੂੰ ਪਤਾ ਹੋਣਾ ਸਰ, ਨਾਮ ਮੈਨੂੰ ਨਹੀਂ ਪਤਾ, ਮੈਂ ਇਹ ਸਿਰਫ ਰਵਿੰਦਰ ਪਤਾ ਨਹੀਂ ਹਾਂਜੀ ਸਰ, ਕੋਈ ਰਵਿੰਦਰ ਸੀ ਤਾਂ ਨਾ ਰਵਿੰਦਰ ਸੀ ਪਤਾ ਨਹੀਂ ਸਰ, ਮੈਨੂੰ ਨਾਂ ਨਹੀਂ ਪਤਾ ਪੂਰਾ, ਤਾਂ ਉਹਦੀ ਸ਼ਾਇਦ ਤਾਂ ਸਾਰਾ ਹੋਇਆ ਸਰ, ਉਹਦੀ ਸ਼ਾਇਦ ਤਾਂ ਹੋਇਆ ਸਰ, ਪਹਿਲਾਂ ਉਹ ਪਹਿਲਾਂ ਸ਼ਰਾਬ ਵੱਲ ਉਹ ਜ਼ਿਲ੍ਹੇ ਉਹ ਲੈ ਕੇ ਆਇਆ, ਕਹਿੰਦਾ ਜੇ ਤੁਸੀਂ ਕਹਿੰਦਾ ਸੇਰ ਆ ਮੈਂ 100 ਸੇਰ ਆ, ਕਹਿੰਦਾ ਜੀ ਉਹ ਪਹਿਲਾਂ ਪੁਲਿਸ ਵਾਲੇ ਬੰਦ ਵੀ ਕਰਾਉਣੇ, ਉਹਦੇ ਕਰਕੇ ਉਹ ਵੀ ਚਲੇ ਗਏ ਸਰ, PCR ਵਾਲੇ ਆਏ ਸੀਗੇ, ਜੇ ਦੇਖਿਆ ਕਿ ਉਹ ਨਹੀਂ ਉਹ ਕਰਦੇ ਪਏ ਆਪਣੇ ਬੰਦ, ਤਾਂ ਉਹਦੇ ਸ਼ਹਿਰ ਚਲੇ ਗਏ, ਫਿਰ ਉਹ ਤਾਂ ਇਸ ਕਰਕੇ ਸਾਰਾ ਹੋਇਆ ਸਰ।